प्यारे विद्यार्थियों, तुहानू सारे नू बहुत प्यार भरी सत श्री अकाल। प्यारे विद्यार्थियों, अज मैं तुहाडे वास्ते 11वीं श्रेणी दे लाजमी पंजाबी दे विषय वास्ते अज लोक साहित दे भाग दे विचों तुहाडे वास्ते एक बड़ा दिलचस्प रोचक पंजाबी लोक साहित दा रूप लैके हाजिर होया हाँ, जिसका ना है सुहाग। प्यारे विद्यार्थियों, एक गल समझ वाली है कि जिहड़ा विआह आ उह साडे पंजाबी लोकां दे जीवन का एक बड़ा महत्वपूर्ण अंग है। एक बड़ी वड्डी महत्वपूर्ण घटना हुंदी है, पर सुहाग दे जिहड़े गीत है, सुहाग क्योंकि लोक साहित दा एक साडा एक रूप है, ये गाया जाण वाला लोक साहित रूप है। सुहाग ब्याह नाल संबंधित लोक साहित रूप है। जे कहना होवे कि सुहाग दे लोक गीत किहड़े हन, ते आपां कहांगे कि कुड़ी दे विआह वेले औरतां ते कुड़ियां वल्लों रल के गाए जाण वाले संगीतक सुर वाले जो साडे गीत हुंदे हन, उहनां नूं असीं सुहाग दे गीत कहिंदे हां। एक देखण वाली गल इहदे विच इह है कि इह साहित रूप जो सुहाग है, इहदा शाब्दिक अर्थ प्यारे विद्यार्थियों की है। शाब्दिक अर्थ है कि सुभाग, चंगे भागां वाले गीत। सुभाग शुभ शगनां वाले, शुभ आमद वाले, शुभ ख्यालां अते शुभ जिहड़े आ जिहड़े मनुख दे नाल, खास करके औरत दे आने वाले समय के नाल, विआह तो बाद जिहड़ा उहदा समां जिंदगी शुरू होनी है, उहदे नाल संबंधित जिहड़े लोक गीत गाए जांदे हन, उहनां नूं सुहाग आपां कहिंदे आ। और प्यारे विद्यार्थी, सब तो वड्डी गल इह आ कि इह जिहड़े सुहाग दे गीत है, घोड़ियां दे गीत आ, इह सुआणियां वलों ही गाए जांदे हन, पंजाबी लोक इस्त्रियां वलों ही गाए जांदे हन। इहनां नूं कोई मर्द मनुख व्यक्ति, मर्द व्यक्ति जिहड़ा आ ਉਹ ਇਹਨਾਂ ਨੂੰ ਨਹੀਂ ਗਾਉਂਦਾ। ਸਾਡੀਆਂ ਪੰਜਾਬੀ ਜਿਹੜੀਆਂ ਔਰਤਾਂ ਆ, ਸਾਡੀਆਂ ਪੰਜਾਬੀ ਸੁਆਣੀਆਂ, ਉਹਨਾਂ ਦੇ ਹਿੱਸੇ ਬਹੁਤ ਵੱਡਾ ਇਹ ਲੋਕ ਸਾਹਿਤ ਦਾ ਖਜ਼ਾਨਾ ਉਹਨਾਂ ਦੇ ਹੱਥ ਲੱਗਾ ਔਰ ਉਹਨਾਂ ਨੂੰ ਕੰਠ ਹੁੰਦਾ ਹੈ। ਇਹ ਪਿਆਰੇ ਵਿਦਿਆਰਥੀ, ਸੁਹਾਗ ਦੇ ਲੋਕ ਗੀਤ ਜਿਹੜੇ ਆ, ਇਹ ਕਿਸੇ ਸੰਸਥਾ ਦੇ ਵਿੱਚ, ਕਿਸੇ ਸਕੂਲ ਜਾਂ ਕਾਲਜ ਦੇ ਵਿੱਚ ਨਹੀਂ ਕੰਠ ਕੀਤੇ ਜਾਂਦੇ, ਸਿਖਾਏ ਨਹੀਂ ਜਾਂਦੇ, ਸਗੋਂ ਇਹ ਮਨੁੱਖ ਜਿਹੜਾ ਹੈ, ਖਾਸ ਕਰਕੇ ਸਾਡੀਆਂ ਧੀਆਂ, ਕੁੜੀਆਂ ਚਿੜੀਆਂ ਜਿਹਨਾਂ ਵਾਸਤੇ ਆਪਾਂ ਸ਼ਬਦ ਵਰਤਦੇ ਹਾਂ, ਇਹ ਆਪਣੇ ਪਰਿਵਾਰਾਂ ਦੇ ਵਿੱਚ ਰਹਿੰਦੀਆਂ, ਆਪਣੀਆਂ ਦਾਦੀਆਂ ਕੋਲੋਂ, ਨਾਨੀਆਂ ਕੋਲੋਂ, ਮਾਤਾਵਾਂ ਕੋਲੋਂ, ਖਾਸ ਕਰਕੇ ਜਦੋਂ ਵਿਆਹ ਹੁੰਦੇ ਆ, ਵਿਆਹ ਦੇ ਸ਼ੁਭ ਅਵਸਰ ਦੇ ਉੱਤੇ ਇਹ ਜਿਹੜੇ ਗੀਤ ਜਿਹੜੇ ਆ ਉਹ ਆਪਣੇ ਆਪ ਹੀ ਸੁਣ ਕੇ ਕੰਠ ਹੋ ਜਾਂਦੇ ਆ। ਕਿਉਂ ਇਹ ਜਿਹੜੇ ਲੋਕ ਗੀਤ ਆ ਪਿਆਰੇ ਵਿਦਿਆਰਥੀ, ਇਹਨਾਂ ਦੇ ਵਿੱਚ ਜਿਹੜੀ ਕੁੜੀ ਆ, ਜਿਹੜੀ ਲੜਕੀ ਆ, ਜਿਹਦਾ ਵਿਆਹ ਹੋਣ ਵਾਲਾ ਆ, ਉਹਦੇ ਇਸ ਆਪਣੇ ਪੇਕੇ ਪਰਿਵਾਰ ਦੇ ਨਾਲੋਂ ਜਦੋਂ ਉਹ ਵਿਛੜ ਰਹੀ ਹੈ, ਉਹਨੂੰ ਉਦਰੇਵਾਂ ਹੁੰਦਾ ਹੈ, ਕਿਉਂਕਿ ਉਹਦੇ ਨੇ ਬਹੁਤ ਰਿਸ਼ਤੇ ਜਿਹੜੇ ਆ ਉਹ ਛੁੱਟ ਜਾਣੇ ਆ, ਉਹ ਉਹਨਾਂ ਨਾਲ ਜਿਹੜਾ ਹੈਗਾ, ਜਿੱਥੇ 20-21-22 ਸਾਲ ਜਿਹੜਾ ਉਹਨੇ ਉਮਰ ਗੁਜ਼ਾਰੀ ਹੁੰਦੀ ਹੈ, ਉਹ ਉਸਨੇ ਘਰ ਮਾਪਿਆਂ ਦਾ ਲਾਡਲਾ ਜਿਹੜਾ ਪਾਲਿਆ ਹੋਇਆ ਹੈ, ਘਰ ਆਪਣੇ ਜਿਹੜੇ ਨਾਲ ਉਹਦੇ ਬਚਪਨ ਜੁੜਿਆ, ਜਿੱਥੇ ਉਹਨੇ ਗੁੱਡੀਆਂ ਪਤੋਲੇ ਖੇਡੇ ਆ, ਜਿੱਥੇ ਉਹਨੇ ਗੀਟੇ ਖੇਡੇ ਆ, ਜਿੱਥੇ ਮਾਂ ਨੂੰ ਮਮਤਾ ਦੇ ਨਾਲ ਉਹਨੇ ਜੱਫੀਆਂ ਪਾਈਆਂ, ਜਿੱਥੇ ਉਹ ਸਾਰੇ ਘਰ ਦਾ ਗੋਹਾ ਕੂੜਾ ਕਰਦੀ ਰਹੀ ਆ, ਉੱਥੇ ਮਾਂਜਾ ਝਾੜੂ ਫੇਰਦੀ ਰਹੀ ਹੈ ਨਾ, ਪੁਰਾਣੇ ਸਮੇਂ ਦੀ ਜੇ ਆਪਾਂ ਗੱਲ ਕਰ ਲਈਏ ਤਾਂ ਇਹ ਉਹ ਘਰ ਆ ਜਿਹੜਾ ਉਹਨੂੰ ਦਿਲ ਨਹੀਂ ਕਰਦਾ ਛੱਡ ਕੇ ਜਾਣ ਨੂੰ। ਔਰ ਔਰਤ ਦੇ ਹਿੱਸੇ ਹੀ ਦੋ ਘਰ ਆਏ ਆ, ਇੱਕ ਪੇਕਾ ਘਰ ਤੇ ਇੱਕ ਸਹੁਰਾ ਘਰ, ਜਿੱਥੇ ਉਹਨੇ ਆਪਾਂ ਤੁਹਾਡੇ ਸਿਲੇਬਸ ਦੇ ਵਿੱਚ ਪਿਆਰੇ ਵਿਦਿਆਰਥੀਓ, ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਿਹੜੇ ਪਾਠਕ੍ਰਮ ਨਿਰਧਾਰਿਤ ਕੀਤਾ ਗਿਆ ਹੈ, ਤੁਹਾਡੇ ਸਿਲੇਬਸ ਦੇ ਵਿੱਚ 8 ਸੁਹਾਗ ਸ਼ਾਮਿਲ ਕੀਤੇ ਗਏ ਆ। ਉਹਨਾਂ ਵਿੱਚੋਂ ਪਹਿਲਾ ਸੁਹਾਗ ਤੁਹਾਡੇ ਨਾਲ ਮੈਂ ਸਾਂਝਾ ਕਰਨ ਜਾ ਰਿਹਾ ਹਾਂ, ਉਹਦਾ ਨਾਂ ਹੈ ਚੜ ਚਬਾਰੇ ਸੁੱਤਿਆ। ਇਹ ਇਸ ਲੋਕ ਗੀਤ ਨੂੰ, ਕਿਉਂਕਿ ਸਾਫ਼ ਹੀ ਵਿਆਖਿਆ ਵੀ ਕਰਨੀ ਆ, ਸਾਡੇ ਪੇਪਰ ਦੀ ਦ੍ਰਿਸ਼ਟੀਕੋਣ ਤੋਂ ਇਹਨਾਂ ਦੇ ਪ੍ਰਸ਼ਨ ਉੱਤਰ ਆਉਂਦੇ ਆ, ਪਰੰਤੂ ਇਹਨਾਂ ਦੇ ਪ੍ਰਸ਼ਨਾਂ ਦੇ ਉੱਤਰ ਦੇਣ ਤੱਕ ਜਾਣ ਤੋਂ ਪਹਿਲਾਂ ਸਾਨੂੰ ਇਹਨਾਂ ਦੀ ਵਿਆਖਿਆ, ਸਰਲ ਅਰਥ ਵੀ ਸਾਨੂੰ ਪਿਆਰੇ ਵਿਦਿਆਰਥੀ ਆਉਣੇ ਚਾਹੀਦੇ ਹਨ। ਆਓ, ਪਹਿਲਾ ਜਿਹੜਾ ਸਾਡੇ ਕੋਲ ਸੁਹਾਗ ਹੈ ਚੜ ਚਬਾਰੇ ਸੁੱਤਿਆ, ਆਓ ਉਹਦੀ ਅਸੀਂ ਆਪਾਂ ਚਰਚਾ ਕਰੀਏ। ਇਸ ਚਰਚਾ ਕਰਨ ਤੋਂ ਪਹਿਲਾਂ ਪਿਆਰੇ ਵਿਦਿਆਰਥੀਓ, ਕਿਉਂਕਿ ਮੈਂ ਤੁਹਾਨੂੰ ਦੱਸ ਚੁੱਕਾ ਕਿ ਇਹ ਸੁਹਾਗ ਦੇ ਗੀਤ ਗਾਉਣ ਦੇ ਗੀਤ ਹਨ, ਲੋਕ ਸ਼ੈਲੀ ਦੇ ਵਿੱਚ, ਲੋਕ ਗਾਇਨ ਸ਼ੈਲੀ ਜਿਹੜੀ ਹੈ
ਉਹਦੇ ਵਿੱਚ ਗਾਏ ਗਾਏ ਜਾਂਦੇ ਉਹ ਤੇ ਇਸ ਕਰਕੇ ਆਓ ਪਹਿਲਾਂ ਮੈਂ ਪੰਜਾਬ ਦੀਆਂ ਸੁਆਣੀਆਂ ਸਾਡੇ ਕੋਲ ਮੇਰੇ ਕੋਲ ਮੈਂ ਸੰਪਰਕ ਕੀਤਾ ਹੈ ਉਹ ਤੁਹਾਨੂੰ ਇਹ ਸੁਹਾਗ ਦਾ ਗੀਤ ਜਿਹੜਾ ਉਹ ਸੁਣਾਉਣਗੀਆਂ ਫਿਰ ਆਪਾਂ ਉਹਦੇ ਨਾਲ ਤੁਹਾਡੀ ਵਿਆਖਿਆ ਕਰਦੇ ਹਾਂ ਤੁਸੀਂ ਹੁਣ ਜਿਹੜਾ ਸੁਹਾਗ ਸੁਣਿਆ ਚੜ ਸਵਾਰੀ ਚਵਾਰੇ ਸੁੱਤਿਆ ਆਓ ਆਪਾਂ ਉਹਦੀ ਜਿਹੜੀ ਤੁਹਾਨੂੰ ਮੈਂ ਉਹਦਾ ਪਾਠ ਕਰਕੇ ਦੱਸਾਂ ਚੜ ਚਵਾਰੇ ਸੁੱਤਿਆ ਬਾਬਲਾ ਆਈ ਬਨੇਰੇ ਦੀ ਛਾਂ ਤੂੰ ਸੁੱਤਾ ਲੋਕੀ ਜਾਗਦੇ ਤੂੰ ਸੁੱਤਾ ਲੋਕੀ ਜਾਗਦੇ ਘਰ ਬੇਟੜੀ ਹੋਈ ਮੁਟਿਆਰ ਛੰਨਾ ਤਾਂ ਭਰਿਆ ਦੁੱਧ ਦਾ ਵਾਰੀ ਨਹਾਵਣ ਚੱਲੀਆਂ ਤਲਾਅ ਮੈਲ ਹੋਵੇ ਝੱਟ ਝੜ ਜਾਵੇ ਵਾਰੀ ਰੂਪ ਨਾ ਝੜਿਆ ਜਾ ਮਾਏ ਨੀ ਸੁਣ ਮੇਰੀਏ ਵਾਰੀਏ ਮਾਏ ਨੀ ਸੁਣ ਮੇਰੀਏ ਵਾਰੀ ਬਾਬਲ ਮੇਰੇ ਨੂੰ ਸਮਝਾ ਸਾਡੇ ਤਾਂ ਹਾਣ ਦੀਆਂ ਸਾਵਰੇ ਵਾਰੀ ਸਾਡੇ ਮਨ ਵਿੱਚ ਚਾਹ ਬਾਬਲ ਰੋਂਦੇ ਦੀ ਦਾੜੀ ਭਿੱਜੀ ਵਾਰੀ ਮਾਈ ਨੇ ਦਰਿਆ ਚਲਾ ਵੀਰੇ ਰੋਂਦੇ ਦਾ ਰੁਮਾਲ ਭਿੱਜਾ ਵਾਰੀ ਭਾਬੋ ਦੇ ਮਨ ਵਿੱਚ ਚਾ ਚੜ ਚਵਾਰੇ ਸੁੱਤਿਆ ਚਾਚਾ ਆਈ ਬਨੇਰੇ ਦੀ ਸ਼ਾਮ ਤੂੰ ਸੁੱਤਾ ਲੋਕੀ ਜਾਗਦੇ ਘਰ ਭਤੀਜੀ ਹੋਈ ਮੁਟਿਆਰ ਛੰਨਾ ਤਾਂ ਭਰਿਆ ਦੁੱਧ ਦਾ ਵਾਰੀ ਨਹਾਵਣ ਚੱਲੀਆਂ ਤਲਾ ਮੈਲ ਹੋਵੇ ਝੱਟ ਝੜ ਜਾਵੇ ਵਾਰੀ ਰੂਪ ਨਾ ਝੜਿਆ ਜਾ ਚਾਚੀ ਨੀ ਸੁਣ ਮੇਰੀ ਇਹ ਵਾਰੀ ਚਾਚੇ ਮੇਰੇ ਨੂੰ ਸਮਝਾ ਸਾਡੇ ਤਾਂ ਹਾਣ ਦੀਆਂ ਸਾਵਰੇ ਵਾਰੀ ਸਾਡੇ ਮਨ ਵਿੱਚ ਚਾ ਚਾਚੇ ਰੋਂਦੇ ਦੀ ਦਾੜੀ ਭਿੱਜੀ ਵਾਰੀ ਚਾਚੀ ਨੇ ਦਰਿਆ ਚਲਾ ਵੀਰੇ ਰੋਂਦੇ ਦਾ ਰੁਮਾਲ ਭਿੱਜਾ ਵਾਰੀ ਭਾਬੋ ਦੇ ਮਨ ਵਿੱਚ ਚਾ ਪਿਆਰੇ ਵਿਦਿਆਰਥੀ ਤੁਸੀਂ ਇਸ ਸੁਹਾਗ 'ਚ ਦੇਖਿਆ ਹੋਣਾ ਕਿ ਸਾਰੀ ਗੱਲ ਜਿਹੜੀ ਆ ਉਹ ਲੜਕੀ ਨੇ ਆਪਣੇ ਵਿਆਹ ਦੇ ਕੇਂਦਰਿਤ ਕੀਤੀ ਆ ਕਿ ਚਵਾਰੇ ਚੜ੍ਹ ਕੇ ਸੁੱਤਿਓ ਮੇਰੇ ਪਿਤਾ ਮੇਰੀ ਮਾਂ ਮੇਰਾ ਚਾਚਾ ਤਾਈ ਅਤੇ ਭਰਾ ਇਹ ਚਾਰ ਰਿਸ਼ਤੇ ਜਿਹੜੇ ਆ ਖੂਨ ਦੇ ਰਿਸ਼ਤੇ ਆ ਸਾਡੇ ਉਹਨਾਂ ਨੂੰ ਸੰਬੋਧਨ ਕੀਤਾ ਇਹ ਸਿਰਫ ਅਤੇ ਸਿਰਫ ਲੋਕ ਗੀਤਾਂ ਦੇ ਵਿੱਚ ਹੀ ਸਾਡੇ ਪੰਜਾਬੀ ਔਰਤਾਂ ਦੇ ਹਿੱਸੇ ਆਇਆ ਕਿ ਲੋਕ ਗੀਤਾਂ ਨੇ ਸਾਡੀ ਪੰਜਾਬੀ ਮੁਟਿਆਰ ਨੂੰ ਪੰਜਾਬੀ ਔਰਤ ਨੂੰ ਆਪਣੇ ਮਨ ਦੇ ਭਾਵ ਬਿਨਾਂ ਕਿਸੇ ਗੁਲਾਮੀ ਤੋਂ ਬਿਨਾਂ ਕਿਸੇ ਬੰਦਿਸ਼ ਤੋਂ ਉਜਾਗਰ ਪ੍ਰਗਟ ਕਰਨ ਦਾ ਸਾਧਨ ਸਾਨੂੰ ਕਿੱਥੇ ਮਿਲਿਆ ਆ ਲੋਕ ਗੀਤਾਂ ਦੇ ਵਿੱਚ ਖਾਸ ਕਰਕੇ ਸੁਹਾਗ ਘੋੜੀਆਂ ਦੇ ਵਿੱਚ ਸਾਡੇ ਲੋਕ ਸਾਹਿਤ ਨੇ ਔਰਤ ਨੂੰ ਏਡਾ ਵੱਡਾ ਇੱਕ ਮਾਧਿਅਮ ਦਿੱਤਾ ਸਾਧਨ ਦਿੱਤਾ ਸੁਹਾਗ ਦੇ ਲੋਕ ਗੀਤਾਂ ਦੇ ਰੂਪ ਦੇ ਵਿੱਚ ਕਿ ਉਹ ਆਪਣੇ ਮਨ ਦੇ ਬਲਬਲੇ ਬਿਨਾਂ ਕਿਸੇ ਰੁਕਾਵਟ ਤੋਂ ਝਿਜਕ ਤੋਂ ਕਹਿ ਸਕਦੀ ਆ ਮੌਕਾ ਕਿਹੜਾ ਆ ਵਿਆਹ ਦਾ ਅਗਲਾ ਪਿਆਰੇ ਵਿਦਿਆਰਥੀਓ ਸਾਡੇ ਕੋਲ ਪਿਆਰੇ ਵਿਦਿਆਰਥੀਓ ਅਗਲਾ ਸਾਡੇ ਕੋਲ ਸੁਹਾਗ ਦਾ ਗੀਤ ਹੈ ਹਰੀਏ ਨੀ ਰਸ ਭਰੀਏ ਖਜੂਰੇ ਕਿਹਨੇ ਦਿੱਤਾ ਤੈਨੂੰ
एडी दूरे आओ इस सुहाग नूं तुहाडे नाल इहदा विशा वस्तु सांझा करन तों पहलां आओ इहदा एक उदाहरण देखिए कि इह किवें गाया जांदा है। ਵਿਦਿਆਰਥੀਓ ਸਾਡੇ ਕੋਲ ਅਗਲਾ ਸੁਹਾਗ ਹੈ। ਸੁਹਾਗ ਦਾ ਗੀਤ ਜਿਹੜਾ ਹੈ ਉਹ ਹੈ ਨਿੱਕੀ ਜਿਹੀ ਸੂਈ ਵਟਮਾ ਧਾਗਾ। ਨਿੱਕੀ ਜਿਹੀ ਸੂਈ ਵਟਮਾ ਧਾਗਾ ਬੈਠ ਕਸੀਦਾ ਕੱਢ ਰਹੀ ਹਾਂ, ਆਉਂਦੇ ਜਾਂਦੇ ਰਾਹੀ ਪੁੱਛਦੇ ਮੈਨੂੰ ਤੂੰ ਕਿਉਂ ਬੀਬਾ ਰੋ ਰਹੀ ਹਾਂ, ਬਾਬਲ ਮੇਰੇ ਕਾਜ ਰਚਾਇਆ ਮੈਂ ਪਰਦੇਸਣ ਹੋ ਰਹੀ ਹਾਂ। ਇਸ ਸੁਹਾਗ ਦੇ ਸ਼ੁਰੂ ਦੇ ਵਿੱਚ ਹੀ ਇਹ ਪ੍ਰਸ਼ਨ ਆ ਗਿਆ ਕਿ ਧੀ ਰੋ ਰਹੀ ਆ। ਕਾਰਨ ਉਹਦਾ ਕੀ ਆ? ਕਿਉਂਕਿ ਉਹਦਾ ਵਿਆਹ ਹੋਣ ਲੱਗਾ, ਉਹਦੇ ਬਾਪ ਜਿਹੜਾ ਆ ਉਸਨੇ ਉਹਦਾ ਉਹਨੂੰ ਵਿਆਹ ਕਰਕੇ ਘਰੋਂ ਤੋੜ ਦੇਣਾ, ਕਾਜ ਰਚਾਇਆ। ਕਾਜ ਰਚਾਇਆ ਮਤਲਬ ਉਹਦਾ ਵਿਆਹ ਧਾਰ ਦਿੱਤਾ ਹੈ। ਹੁਣ ਪਿਆਰੇ ਵਿਦਿਆਰਥੀ ਵਿੱਚ ਗੱਲ ਸੋਚਣ ਵਾਲੀ ਹੈ ਕਿ ਜਿਹੜਾ ਪਹਿਲਾਂ ਅਸੀਂ ਇੱਥੇ ਉਹਦੀ ਉਦਾਸੀ ਹੈ, ਜਿਹੜਾ ਪਹਿਲਾਂ ਅਸੀਂ ਪਹਿਲਾਂ ਸੁਹਾਗ ਪੜ੍ਹਿਆ ਸੀਗਾ ਜਿਹਦੇ 'ਚ ਲੈ ਚੜ੍ਹ ਚਵਾਰੇ ਸੁੱਤੇ ਆ ਬਾਬਲਾ, ਚੜ੍ਹ ਚਵਾਰੇ ਸੁੱਤੇ ਆ ਚਾਚਾ, ਹੈ ਉਹਦੇ ਵਿੱਚ ਬਨੇਰੇ 'ਤੇ ਆਈਸ਼ਾਂ, ਉਹਦੇ ਵਿੱਚ ਕੀ ਆ? ਉਹਦੇ ਵਿੱਚ ਚਾਅ ਸੀ ਉਹਨੂੰ ਵੀ ਮੇਰਾ ਵਿਆਹ ਕਰ ਦਿੱਤਾ ਜਾਵੇ। ਹੁਣ ਵਿਆਹ ਧਾਰ ਦਿੱਤਾ ਆ ਅਤੇ ਹੁਣ ਜੇ ਸਾਡੀ ਜਿਹੜੀ ਔਰਤ ਹੈ, ਸਾਡੀ ਜਿਹੜੀ ਮੁਟਿਆਰ ਧੀ ਆ, ਸਾਡੀ ਲੜਕੀ ਜਿਹੜੀ ਆ, ਉਹ ਹੁਣ ਉਦਾਸ ਹੈ ਦੋਨੇ ਪਾਸੇ। ਕਿਉਂ ਉਦਾਸ ਆ? ਕਿਉਂਕਿ ਉਹ ਆਪਣੇ ਬਾਬਲ ਦਾ ਘਰ ਨਹੀਂ ਛੱਡਣਾ ਚਾਹੁੰਦੀ ਜਿੱਥੇ ਉਹਨੇ ਕਸੀਦੇ ਕੱਢਿਆ, ਜਿੱਥੇ ਸਾਰਾ ਕੁਝ ਬਚਪਨ ਖੇਡਿਆ। ਨਿੱਕੀ ਜਿਹੀ ਸੂਈ ਵਟਮਾ ਧਾਗਾ ਬੈਠ ਕਸੀਦਾ ਕੱਢ ਰਹੀ ਹਾਂ, ਆਉਂਦੇ ਜਾਂਦੇ ਰਾਹੀ ਪੁੱਛਦੇ ਤੂੰ ਕਿਉਂ ਬੀਬਾ ਰੋ ਰਹੀ ਹਾਂ, ਚਾਚੇ ਮੇਰੇ ਕਾਜ ਰਚਾਇਆ ਮੈਂ ਪਰਦੇਸਣ ਹੋ ਰਹੀ ਹਾਂ। ਅਤੇ ਉਸੇ ਚੜ੍ਹ ਚਵਾਰੇ ਸੁੱਤਿਆ ਚਾਚਾ, ਘਰ ਧੀ ਹੋਈ ਭਤੀਜੀ ਹੋਈ ਮੁਟਿਆਰ, ਉੱਥੇ ਧਰਲਾ ਸੀ ਇਹ ਸੀ ਔਰਤ ਦਾ। ਹੁਣ ਜੇ ਉਹਨੇ ਵਿਆਹ ਕਰ ਦਿੱਤਾ ਆ, ਉਹਦਾ ਵਿਆਹ ਧਰ ਦਿੱਤਾ ਆ, ਅਤੇ ਹੁਣ ਉਹਨੂੰ ਮਤਲਬ ਕਿ ਦੁੱਖ ਆਇਆ, ਉਸਨੂੰ ਉਦਾਸੀ ਹੈ, ਉਸਨੂੰ ਗਮ ਹੈ। ਇਹ ਸਾਡੀ ਧੀ ਜਿਹੜੀ ਆ, ਸਾਡੀ ਔਰਤ ਜਿਹੜੀ ਆ, ਉਹਦੇ ਅੰਦਰਲੇ ਜਿਹੜੇ ਉਦਰੇਵੇ ਆ ਪੇਕੇ ਪਰਿਵਾਰ ਲਈ, ਭੈਣਾਂ ਲਈ, ਭਰਾਵਾਂ ਲਈ, ਖਾਸ ਕਰਕੇ ਮਾਂ ਅਤੇ ਬਾਬਲ, ਰਾਜਾ ਉਹਦਾ ਜਿਹੜਾ ਪਿਓ ਆ ਉਹਦੇ ਵਾਸਤੇ ਰਾਜਾ ਆ, ਅਤੇ ਮਾਂ ਜਿਹੜੀ ਆ ਉਹਦੇ ਵਾਸਤੇ ਰਾਣੀ ਹੈ, ਜਿਹਦੀ ਗੋਦ ਦੇ ਵਿੱਚ ਉਸਨੇ ਪਿਆਰ ਮਾਣਿਆ ਆ, ਉਹ ਨਹੀਂ ਛੱਡ ਕੇ ਜਾਣਾ ਚਾਹੁੰਦੀ। ਆਉਂਦੇ ਜਾਂਦੇ ਰਾਹੀ ਮੈਨੂੰ ਪੁੱਛਦੇ ਤੂੰ ਕਿਉਂ ਬੀਬਾ ਰੋ ਰਹੀ ਹਾਂ, ਵੀਰੇ ਮੇਰੇ ਕਾਜ ਰਚਾਇਆ ਮੈਂ ਪਰਦੇਸਣ ਹੋ ਰਹੀ ਹਾਂ, ਨਿੱਕੀ ਜਿਹੀ ਸੂਈ ਵਟਮਾ ਧਾਗਾ ਬੈਠ ਕਸੀਦਾ ਕੱਢ ਰਹੀ ਹਾਂ, ਆਉਂਦੇ ਜਾਂਦੇ ਰਾਹੀ ਮੈਨੂੰ ਪੁੱਛਦੇ ਤੂੰ ਕਿਉਂ ਬੀਬੀ ਰੋ ਰਹੀ ਹਾਂ।
मामे मेरे काजर चाया मैं परदेसण हो रही हाँ। उत्थे मामे नूं वी सीगा संबोधन किया कि मेरा मामा तू ब्याह कर दे, मेरे ब्याह दे। मामियां नूं वी चाह हुंदा ना नानके दातियां दी, जिवें तुहाडे नाल पहलां मैं गल चुकी है। प्यारे विद्यार्थी तुसीं गल नोट कीती होणी आ, इहदे विच वार वार एक शब्द आया कसीदा। कसीदा की हुंदा? कसीदा जिहड़ा है उह की आ, एक कपड़े दे उप्पर सूती कपड़ा हो सकदा है, उहदे उत्ते सूई दे नाल ਬਰੀਕ ਜਿਹੜੀ ਕਢਾਈ ਕੱਢੀ ਜਾਂਦੀ ਆ ਉਹਦੇ ਨਾਲ, ਤੇ ਉਹ ਉਹਨੂੰ ਕੀ ਕਹਿੰਦੇ? ਕਸੀਦਾ। ਕਸੀਦਾ ਕੱਢਣਾ ਖਾਸ ਕਰਕੇ ਆਪਾਂ ਜਦੋਂ ਕਹਿੰਦੇ, ਕਈ ਵਾਰੀ ਆਪਾਂ ਕਹਿੰਦੇ ਨਹੀਂ ਸੁੰਦਰ, ਆਪਾਂ ਕਹਿੰਦੇ ਕਸੀਦਾ। ਦੇਖ ਵੀ ਕਿੰਨੀ ਸੋਹਣੀ ਕਸੀਦੇ ਕੱਢੀ ਜਾਂਦਾ, ਮਤਲਬ ਕਿ ਖੂਬਸੂਰਤ ਜਿਹੜੀ ਆ ਉਹ ਕਢਾਈ ਕੱਢੀ ਜਾਂਦੀ ਸੀ ਕਸੀਦੇ ਕੱਪੜੇ ਦੇ ਉੱਪਰ, ਉਹਨੂੰ ਆਪਾਂ ਕਸੀਦਾ ਕਹਿੰਦੇ ਸੀ। ਤੇ ਪਿਆਰੇ ਵਿਦਿਆਰਥੀਓ, ਕਿਉਂਕਿ ਮੈਂ ਵਾਰ ਵਾਰ ਤੁਹਾਨੂੰ ਇਹ ਗੱਲ ਕਹਿ ਰਿਹਾ ਕਿ ਇਹ ਜਿਹੜਾ ਸਾਡਾ ਲੈਕਚਰ ਆ ਪਿਆਰੇ ਵਿਦਿਆਰਥੀਓ, ਤੁਹਾਨੂੰ ਲੋਕ ਸਾਹਿਤ ਨਾਲ ਜੋੜਨਾ ਆ, ਪੰਜਾਬੀ ਲੋਕ ਸਾਹਿਤ ਨਾਲ ਵੀ ਜੋੜਨਾ ਤੁਹਾਨੂੰ। ਇਹ ਨਿਰਾ ਸਾਡੇ ਪਾਠਕ੍ਰਮ ਦੀ ਗੱਲ ਤਾਂ ਹੈਗੀ ਆ, ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਿਵੇਂ ਕਿ ਸਾਡਾ ਪਾਠਕ੍ਰਮ ਚੱਲ ਰਿਹਾ ਲੋਕਡਾਊਨ ਦੇ ਅਨੁਸਾਰ, ਤੁਸੀਂ ਅੱਜ ਇਹ ਸਾਰਾ ਪ੍ਰਸਾਰਿਤ ਹੋ ਰਿਹਾ, ਜਿਹੜਾ ਬ੍ਰੌਡਕਾਸਟ ਹੋ ਰਿਹਾ ਤੁਹਾਡੇ ਸਿਲੇਬਸ ਬਾਰੇ, ਪਾਠਕ੍ਰਮ ਬਾਰੇ, ਬਹੁਤ ਵੱਡਾ ਉਪਰਾਲਾ ਕਰ ਰਿਹਾ ਸਿੱਖਿਆ ਵਿਭਾਗ। ਅਤੇ ਇਹਦੇ ਨਾਲ ਬਹੁਤ ਵੱਡਾ ਇਸ ਉਪਰਾਲੇ ਦਾ ਅਸੀਂ ਇਹ ਫਾਇਦਾ ਵੀ ਲੈਣਾ ਪਿਆਰੇ ਵਿਦਿਆਰਥੀਓ ਕਿ ਅਸੀਂ ਪੰਜਾਬੀ ਲੋਕ ਸਾਹਿਤ ਨੂੰ ਜਿਉਂਦਾ ਰੱਖਣਾ ਆ, ਉਹਨੂੰ ਪਕੜ ਕੇ ਰੱਖਣਾ। ਅਤੇ ਜਿਉਂਦਾ ਕਿਵੇਂ ਰੱਖਣਾ, ਪਕੜ ਕੇ ਕਿਵੇਂ ਰੱਖਣਾ? ਜਦੋਂ ਆਪਾਂ ਇਹਦੇ ਨਾਲ ਜੁੜਾਂਗੇ, ਜੁੜਾਂਗੇ ਕਿੱਦਾਂ? ਸਾਡੀਆਂ ਧੀਆਂ ਵੀ, ਸਾਡੀਆਂ ਬੇਟੀਆਂ, ਸਾਡੀਆਂ ਵਿਦਿਆਰਥਣਾਂ ਜਿਹੜੀਆਂ ਲੜਕੀਆਂ ਉਹ ਵੀ ਦੇਖ ਰਹੀਆਂ ਇਹ ਪ੍ਰੋਗਰਾਮ। ਅਤੇ ਅਸੀਂ ਕਿਵੇਂ ਜੁੜਾਂਗੇ? ਜਦੋਂ ਹੀ ਸੁਣਾਂਗੇ, ਸੁਣਾਂਗੇ ਕਿ ਕਿਵੇਂ, ਜਿਵੇਂ ਹੁਣ ਤੁਹਾਨੂੰ ਮੈਂ ਆਹ ਅਗਲਾ ਸੁਹਾਗ ਪੰਜਾਬੀ ਔਰਤਾਂ ਦੇ ਕੋਲੋਂ, ਪੰਜਾਬੀ ਸੁਹਾਣੀਆਂ ਦੇ ਕੋਲੋਂ ਹੁਣ ਮੈਂ ਤੁਹਾਨੂੰ ਸੁਣਾ ਰਿਹਾ। ਆਓ ਨਿੱਕੀ ਜਿਹੀ ਸੂਈ ਬਟਮਾਂ ਧਾਗਾ ਸੁਹਾਗ ਦੇ ਲੋਕ ਗੀਤ ਨੂੰ ਸੁਣੀਏ।
सुहाग। आओ प्यारे विद्यार्थियों, आप उसका अगला ते अंतम इस लैक्चर का सुहाग गीत तड़ना साझा करिए। वो है साडा चिड़िया का चंबा। आओ इदा ही पाठ करिए। साडा चिड़िया का चंबा वे बावला असा उड जाना, साडी लम्मी उडारी वे बावल केड़े देस जाना, तेरे महिला दे विच विच वे बावल डोला नहीं लंघदा, एक इट पटा देवां धीए घर जा अपने, तेरे बागां दे विच विच वे बावल डोला नहीं लंघदा, एक टाली पटा देवां धीए घर जा अपने, तेरे महिला दे विच विच वे बावल गुड़ियां कौन खेडे, मेरियां खेडन पोतरियां धीए घर जा अपने, तेरे महिला दे विच विच वे बावल चरखा कौन कत्ते, मेरियां कत्तन पोतरियां धीए घर जा अपने, मेरा छुट्टा कसीदा वे बावल दस कौन कड़े, मेरियां कड़न पोतरियां धीए घर जा अपने। प्यारे विद्यार्थियों, आओ इस लैक्चर दे आप कुछ सुहाग दे जिहड़े गीत आ उन्हां दे अभ्यास प्रश्न भी आप अज कर लईए। पहला प्रश्न है, चढ़ चवारे सुत्या सुहाग विच धी की कहिंदी है अते क्यों। स्वाभाविक है इहदा उत्तर तुहाडे जिहन दे विच जरूर आवेगा कि चढ़ चवारे सुत्या सुहाग विच धी की कहिंदी है। वह अपने बावल नूं, प्यो नूं, चाचे नूं संबोधन करती है कि मेरे नाल दियां मुटियार कुड़ियां जिहड़ियां उन्हां दे विआह हो गए आ, ते मेरा भी विआह जिहड़ा है वह कीता जावे, ते मेरे हाण दियां जिवें उन्हां दे विआह हो गए हन। चढ़ चवारे सुत्या सुहाग विच धी किहनूं किहनूं संबोधन करती है। तुहानूं इस प्रश्न का उत्तर है कि इस सुहाग दे विच चढ़ चवारे सुत्या विच धी अपने पिता, चाचा,
मामा चाची मां आदिक जिहड़े ये खून दे रिश्ते आ इन्हां नूं उह संबोधन करदी है। बेटी चन्नण दे ओले लोक गीत विच धी अपने लिए किहो जिहा वर चाहुंदी है, उहदे विच इक वर किवें दा चाहीदा उहनूं, कृष्ण कान जी वर्गा, तारियां विचों चन्ना वर्गा, खूबसूरत चंगा सलीके वाला आदर्श वाला इदां दे पति दी उह धी जिहड़ी आ उह कामना करदी है। चन्नण दे ओले लोक गीत विच किस विशे ते अते केड़ियां दो धिरां विचकार वार्तालाप हुंदी है, विशा किहड़ा आ, चन्नण दे ओले एक धी वलों अपने लई एक चंगे वर दी कामना दी इच्छा दा विशा उहदे विच है, ते किहदे 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 विच वार्तालाप हुंदी है, उही रिश्ते साडे जिहड़े आ पिता दे मामे दे, ठीक है, उन्हां दे इह रिश्तेयां दे विच संबोधनी सुर जिहड़ी आ उह वार्तालाप दे विच रूपांतरित हुंदी है। इस तरह एक साडे कोल सुहाग है बड़ा वधिया कि हरिए नी रस भरीए खजूरे लोक गीत जिहड़ा साडा, इहदे वी जिहड़े प्रश्न आ प्यारे विद्यार्थीओ, क्योंकि तुसीं वी सुन रहे हो, तुसीं वी घर रह के इहदे बारे इस सुहाग दे गीतां नूं तुसीं प्रश्न जिहड़े गीत आए हो इन्हां दे प्रश्नां दे उत्तर जिहड़े आ तुसीं उह आप करने आ प्यारे विद्यार्थीओ। इसे तरह साडा चिड़ियां दा चंबा एक सुहाग है, उसदे नाल निक्की जिही सूई वटवां धागा, निक्की जिही सूई वटवां धागा विच कसीदा कौण कढ रही है, तुहाडा सिंपल उत्तर है इहदा कि उह जिहड़ी धी है मुटियार है जिसका विआह उहदे बाबल ने रख दित्ता है उह कसीदा कढ रही है, निक्की जिही सूई वटवां धागा सुहाग विच धी दे रोण दा की कारण दस्सिया है। असीं हुणे प्रश्न सांझा करके हटे हां कि उहदा उदास होण दा रोण दा कारण इह है कि उहदा विआह जिहड़ा उहदे बाबल ने रख दित्ता है ते उह बाबल दा घर छड्डना नहीं चाहुंदी। निक्की जिही सूई वटवां धागा विच कौण परदेसण हो रही है, प्यारे विद्यार्थियों तुहाडा उत्तर होवेगा मुटियार धी लड़की जिहदा कि विआह हो रहा है। सो प्यारे विद्यार्थियो ये तुहाडे वास्ते सुहाग दे लोक गीत असीं तुहाडे नाल सांझे कीते आ, आस करदे हाँ कि तुहानू ये प्रोग्राम चंगा लगा होवेगा और मैं तुहाडे ते ये भी आस करदा कि तुसीं इस लैक्चर नूं वध तों वध अपनी कापियां ते लिखणा है, इन्हां दे प्रश्न दे उत्तर करने आ और लॉकडाउन दे विच बैठे हुए अपनी पढ़ाई जिहड़ी आ उह दूरदर्शन दे माध्यम द्वारा स्वयं प्रभा चैनल दे माध्यम द्वारा होर भी जिन्ने ऑनलाइन चैनल चल रहे हन पंजाब स्कूल सिक्ख्या विभाग वालों, प्यारे विद्यार्थी तुसीं सारा उसका आनंद माणना। इस दे नाल ही तुहाडा सारिआं दा बहुत बहुत धन्नवाद।